मैं सुनिया सी लोगों तो कि वक्त बदलता है, पर वक्त तो पता लगा कि लोग बदलते ने। सत श्री अकाल, आदाब, नमस्कार, मैं ज्योति सहोता। जिवें कि तुसी जानते हो कि रेडियो आवाज़ दे स्टूडियो दे विच असीं वख-वख मुद्दियां ते गलबात करदे आं। अज असीं गलबात करांगे मोरगेज संबंधी, ते साडे नाल साडे स्टूडियो दे विच मौजूद ने एमपी सिंह जी, जिहड़े कि किसी पहचान दे मुहताज नहीं हन। ते उन्होंने अज मोरगेज दे खेत्र दे विच काफी कामयाबी जिहड़ी हासिल की है। एमपी सिंह जी, तुहाडा साडे स्टूडियो दे विच बहुत बहुत स्वागत है। बहुत मेहरबानी, थैंक यू ज्योति जी। ते मेरा सब तो पहला सवाल है कि मोरगेज संबंधी साडे दर्शकां नूं तुसीं कुछ जानकारी दिओ कि है मोरगेज, ते की डॉक्यूमेंट जिहड़े ने इहदे विच रिक्वायर्ड हुंदे ने मोरगेज करवाउण लई। बहुत वधिया ते बेसिक सवाल है सारिआं वास्ते इह। हांजी, मोरगेज दा मतलब है जदों असीं कोई प्रॉपर्टी बाय करदे हां। हांजी, मैं चाहांगा कि अज असीं प्रॉपर्टी दा मतलब घर दे नाल संबंधित गल करिए। हांजी, हुण जिद्दां प्रॉपर्टी कमर्शियल भी हो सकदी है। हांजी, कोई रेंटल प्रॉपर्टी, इन्वेस्टमेंट प्रॉपर्टी बाय करना चाहुंदा। हांजी, पर आपां घर खरीदण वास्ते जिहड़ी मोरगेज लई जांदी है उहदे वास्ते उहदे बारे गल करदे हां। घर खरीदना होवे जी, नैचुरली बैंक नूं दो तीन गल्लां बहुत जरूरी ਜਿਹੜੀਆਂ ਉਹ ਰਿਕੁਆਇਰਡ ਹੈ। ਸਭ ਤੋਂ ਪਹਿਲੀ ਹੈਗੀ ਕਿ ਤੁਹਾਡੀ ਇਨਕਮ ਕੀ ਹੈ। ਹਾਂਜੀ, ਇਨਕਮ, ਫੈਮਿਲੀ ਇਨਕਮ। ਹਾਂਜੀ, ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਨੇ ਜਾਂ ਫੈਮਿਲੀ ਦੇ ਵਿੱਚ ਕੋਈ ਹੋਰ ਕੰਮ ਕਰਦਾ ਹੈ, ਵੱਡਾ ਬੇਟਾ ਹੈ, ਵੱਡੀ ਬੇਟੀ ਹੈ, ਪੇਰੈਂਟਸ ਹੈਗੇ ਆ, ਜਿਹੜੇ ਵੀ ਅਰਨਿੰਗ ਹੈਂਡ ਹੈਗੇ ਉਹ ਮੋਰਗੇਜ ਵਾਸਤੇ ਕੁਆਲੀਫਾਈ ਕਰ ਸਕਦੇ। ਬੇਸਿਕ ਰਿਕੁਆਇਰਮੈਂਟ ਹੈ ਇਨਕਮ ਕੀ ਹੈ। ਹਾਂਜੀ, ਠੀਕ ਹੈ ਜੀ। ਸੈਕੰਡ ਹੈ ਕਿ ਲਾਇਬਿਲਿਟੀਜ਼ ਕੀ ਹੈ, ਆਮਦਨ ਹੈਗੀ, ਤੁਹਾਡੇ ਖਰਚੇ ਕੀ ਹੈ। ਖਰਚਿਆਂ ਵਿੱਚੋਂ ਆਮ ਤੌਰ ਤੇ ਵੱਡੇ ਖਰਚੇ ਜਿਹੜੇ ਆ ਉਹ ਮੋਰਗੇਜ ਲੈਣ ਵਿੱਚ ਅੜਿੱਕਾ ਪਾਉਂਦੇ ਆ, ਉਹ ਕਿਹੜੇ ਹੈਗੇ? ਇੱਕ ਤਾਂ ਤੁਹਾਡੇ ਕਾਰ ਲੋਨ ਸਿਰ ਤੇ ਹੈਗਾ, ਤੁਸੀਂ ਬਹੁਤ ਵੱਡੀ ਅਮਾਊਂਟ ਇੰਸਟਾਲਮੈਂਟ ਜਿਹੜੀ ਉਹ ਐਵਰੀ ਮੰਥ ਪੇ ਕਰਦੇ ਹੋ। ਸੈਕੰਡ ਹੈ ਤੁਸੀਂ ਕੋਈ ਲਾਈਨ ਆਫ ਕ੍ਰੈਡਿਟ ਲਈ ਹੋਈ ਹੈ, ਲਾਈਨ ਆਫ ਕ੍ਰੈਡਿਟ ਦੀ ਵੀ ਰੀਪੇਮੈਂਟ ਬਹੁਤ ਵੱਡੀ ਹੁੰਦੀ ਹੈ। ਜਿਹੜੇ ਕ੍ਰੈਡਿਟ ਕਾਰਡ ਤੁਸੀਂ ਆਮ ਰੂਟੀਨ ਵਿੱਚ ਯੂਜ ਕਰਦੇ ਹੋ, ਗਰੋਸਰੀ ਬਾਏ ਕਰਨੀ ਹੈ, ਗੈਸ ਪਵਾਉਣੀ ਹੈ, ਕੋਈ ਉੱਤੇ ਤੁਸੀਂ ਇੰਸ਼ੋਰੈਂਸ ਪੇ ਕਰ ਰਹੇ ਹੋ, ਪ੍ਰੀ ਪੇਮੈਂਟਸ ਕੁਛ ਹੈਗੀਆਂ, ਤੇ ਉਹ ਤਾਂ ਤੁਸੀਂ ਰੂਟੀਨ ਵਿੱਚ ਉਹਨਾਂ ਦੀ ਪੇਮੈਂਟ ਕਰਦੇ ਰਹਿੰਦੇ ਹੋ, ਉਹ ਕੋਈ ਬਹੁਤਾ ਜ਼ਿਆਦਾ ਪ੍ਰੋਬਲਮ ਕ੍ਰੀਏਟ ਨਹੀਂ ਕਰਦੀਆਂ। ਪਰ ਜੇ ਕਾਰ ਲੋਨ ਹੈ ਜਾਂ ਲਾਈਨ ਆਫ ਕ੍ਰੈਡਿਟ ਦਾ ਲੋਨ ਹੈ ਤੁਹਾਡੇ ਕੋਲ, ਪਰਸਨਲ ਲੋਨ ਹੈ ਕੋਈ, ਤੇ ਉਹ ਨੈਚੁਰਲੀ ਉਹਨਾਂ ਦੀ ਲਾਇਬਿਲਿਟੀ ਬਹੁਤ ਵੱਡੀ ਹੁੰਦੀ ਹੈ। ਸੋ ਪਹਿਲੀ ਗੱਲ ਇਨਕਮ ਕੀ ਹੈ, ਦੂਜੀ ਗੱਲ ਤੁਹਾਡੀ ਲਾਇਬਿਲਿਟੀ ਕੀ ਹੈ, ਤੀਸਰੀ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈ ਉਹ ਹੈ ਤੁਹਾਡਾ ਕ੍ਰੈਡਿਟ ਕੀ ਹੈ। ਹਾਂਜੀ, ਕ੍ਰੈਡਿਟ ਸਕੋਰ ਤੇ ਕ੍ਰੈਡਿਟ ਹਿਸਟਰੀ ਦੋਨੋਂ ਚੀਜ਼ਾਂ ਕਾਊਂਟ ਕਰਦੀਆਂ। ਠੀਕ ਹੈ ਜੀ, ਕ੍ਰੈਡਿਟ ਕੀ ਹੁੰਦਾ ਕਿ ਤੁਸੀਂ ਕਿਸੇ ਕੋਈ ਚੀਜ਼ ਉਧਾਰ ਲਈ ਹੈ, ਬਾਏ ਕੀਤੀ ਹੈ, ਫੋਰ ਐਗਜ਼ਾਮਪਲ ਤੁਸੀਂ ਫੋਨ ਬਿੱਲ ਲਈ ਹੈ, ਹੁਣ ਤੁਹਾਡਾ ਕੋਈ ਤੁਸੀਂ ਕਿਸੇ ਸਰਵਿਸ ਪ੍ਰੋਵਾਈਡਰ ਤੋਂ ਫੋਨ ਲਿਆ ਹੋਇਆ, ਉਹਦਾ ਬਿੱਲ ਤੁਸੀਂ ਐਵਰੀ ਮੰਥ ਪੇ ਕਰਨਾ ਹੈਗਾ, ਤੇ ਜੇ ਤੁਸੀਂ ਪੇ ਨਹੀਂ ਕਰਦੇ ਸੀ, ਸੋਚਦੇ ਆ ਕਿ ਨਹੀਂ ਐਤਕੀ ਨਹੀਂ ਚਲੋ ਅਗਲੀ ਵਾਰੀ ਇਕੱਠੇ ਕਰ ਦਿਆਂਗੇ, ਜਾਂ ਕੋਈ ਕ੍ਰੈਡਿਟ ਕਾਰਡ ਦਾ ਬਿੱਲ ਹੈਗਾ, ਤੁਸੀਂ ਸੋਚਦੇ ਹੋ ਵੀ ਇਸ ਵਾਰੀ ਨਹੀਂ ਚਲੋ ਦੇ ਹੁਣ ਨੈਕਸਟ ਟਾਈਮ ਇਕੱਠੇ ਪੇ ਕਰ ਦਿਆਂਗੇ, ਠੀਕ ਹੈ, ਤੁਸੀਂ ਘੱਟੋ ਘੱਟ ਪੇਮੈਂਟ ਵੀ ਨਹੀਂ ਕਰਦੇ। ਜਦੋਂ ਤੁਸੀਂ ਉਹਦੀ ਰੂਟੀਨ ਨਾਲ ਪੇਮੈਂਟ ਨਹੀਂ ਕਰਦੇ, ਕੋਈ ਵੀ ਡੈਟ ਤੁਹਾਡਾ ਹੈਗਾ, ਡਜ਼ਨ ਮੈਟਰ ਉਹ ਹੀਟ ਹਾਈਡਰੋ ਬਿੱਲ ਹੈ, ਵਾਟਰ ਬਿੱਲ ਹੈ, ਜਾਂ ਤੁਹਾਡਾ ਯੂਟੀਲਿਟੀ ਬਿੱਲ ਹੈ ਕੋਈ, ਜਿਵੇਂ ਮੈਂ ਫੋਨ ਦੀ ਗੱਲ ਕੀਤੀ, ਸੈੱਲ ਫੋਨ ਦੀ ਗੱਲ ਕੀਤੀ ਹੈ, ਜਾਂ ਕ੍ਰੈਡਿਟ ਕਾਰਡ ਦੀ ਗੱਲ ਕੀਤੀ ਹੈ, ਜੇ ਤੁਸੀਂ ਰੂਟੀਨ ਨਾਲ ਉਹਦੀ ਰੀਪੇਮੈਂਟ ਨਹੀਂ ਕਰਦੇ ਤੇ ਉਹ ਤੁਹਾਡੇ ਕ੍ਰੈਡਿਟ ਤੇ ਭੈੜਾ ਅਸਰ ਪੈਂਦਾ, ਤੁਹਾਡੇ ਕ੍ਰੈਡਿਟ ਸਕੋਰ ਵੀ ਘਟਦਾ, ਹਿਸਟਰੀ ਵੀ ਖਰਾਬ ਹੁੰਦੀ। ਸੋ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਮੋਰਗੇਜ ਲੈਣ ਦੇ ਲਈ, ਇਨਕਮ, ਤੁਹਾਡੀ ਲਾਇਬਿਲਿਟੀ ਘੱਟ ਹੋਣੀ ਚਾਹੀਦੀ, ਠੀਕ ਹੈ ਜੀ। ਤੀਸਰਾ ਤੁਹਾਡੀ ਰੀਪੇਮੈਂਟ, ਜਿਹੜੀ ਤੁਹਾਡੀ ਹਿਸਟਰੀ, ਕ੍ਰੈਡਿਟ ਹਿਸਟਰੀ, ਫਿਰ ਕ੍ਰੈਡਿਟ ਸਕੋਰ ਨੈਚੁਰਲੀ ਵਧੀਆ ਹੋਏਗਾ ਜੇ ਤੁਹਾਡੀ ਹਿਸਟਰੀ, ਰੀਪੇਮੈਂਟ ਹਿਸਟਰੀ ਚੰਗੀ ਹੈ। ਸਭ ਤੋਂ ਪਹਿਲਾਂ ਤੁਸੀਂ ਸੋਚਦੇ ਬੈਂਕ ਚ ਅਕਾਊਂਟ ਖੋਲਣਾ ਹੁੰਦਾ ਹੈ, ਤੁਸੀਂ ਜਦੋਂ ਮਰਜ਼ੀ ਪੈਸੇ ਜਮ੍ਹਾਂ ਕਰਾ ਸਕਦੇ ਹੋ, ਜਦੋਂ ਮਰਜ਼ੀ ਕਢਾ ਸਕਦੇ ਹੋ, ਬੈਂਕ ਤੋਂ ਡਰਾਫਟ ਬਣਵਾ ਸਕਦੇ ਹੋ, ਉੱਥੇ RESP ਕਰਵਾ ਸਕਦੇ ਹੋ, RRSP ਵੀ ਕਰਵਾ ਸਕਦੇ ਹੋ, ਬੇਸ਼ੁਮਾਰ ਸਹੂਲਤਾਂ ਦੇ ਨਾਲ ਨਾਲ ਸਭ ਤੋਂ ਵੱਡੀ ਸਹੂਲਤ ਹੁੰਦੀ ਹੈ ਮੋਰਗੇਜ ਦੀ। ਪਰ ਤੁਸੀਂ ਬੈਂਕ ਤੋਂ ਮੋਰਗੇਜ ਲੈਂਦੇ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਬੈਂਕ ਦੇ ਕੋਲ ਜਾ ਕੇ ਆਪਣੀ ਮੋਰਗੇਜ ਵਾਸਤੇ ਐਪਲੀਕੇਸ਼ਨ ਦਿੰਦੇ ਹੋ ਜਾਂ ਆਪਣੀ ਇਨਫੋਰਮੇਸ਼ਨ ਦਿੰਦੇ ਹੋ। ਬੈਂਕ ਸਿਰਫ ਆਪਣੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰੇਗਾ ਕਿ ਮੇਰੇ ਕੋਲ ਕੀ ਪ੍ਰੋਡਕਟ ਅਵੇਲੇਬਲ ਹੈਗੇ।
एक मॉर्गेज ब्रोकर को तुसी जानते हो ठीक है जिवें मैं मॉर्गेज ब्रोकर हां तुसी मॉर्गेज स्पेशलिस्ट कह सकते हो मेरे को तुसी आओगे तो मेरे को डिफरेंट बैंक्स सो मैनी बैंक्स ना मैं डील करदा मेरे उन्होंने नाल लिंक हैगे आ और मैं ये देखदा कि मेरा जिहड़ा क्लाइंट है इहदी की सिचुएशन है ते इहदे वास्ते बेस्ट बैंक किहड़ा बेस्ट बैंक दो गल्लां वास्ते एक तो बेस्ट बैंक इस करके कि मेरे क्लाइंट की सिचुएशन के मुताबिक उन्हूं किहड़ा बैंक अलाउ करेगा मॉर्गेज देनी अलाउ करेगा फॉर एग्जाम्पल कोई कैनेडा च नवा आया उहदे कोल डाउन पेमेंट घट है ठीक है जी जां फिर कोई सैल्फ इंपलॉयड है कोई जिहड़ा किसी की इनकम जिहड़ी है वह पार्ट टाइम जिहड़ी जॉब की है सो बड़ियां इदां दे डिफरेंट सिचुएशन हुंदियां क्लाइंट दियां ਮੈਨੂੰ ਇਹ ਪਤਾ ਕਿ ਕਿਹੜੇ ਬੈਂਕ ਮੇਰੇ ਇਸ ਕਲਾਇੰਟ ਨੂੰ ਜਿਹੜਾ ਵੀ ਕਲਾਇੰਟ ਆਇਆ ਜਿਹਨੂੰ ਮੈਂ ਡੀਲ ਕਰਨ ਲੱਗਾ ਇਹਦੇ ਵਾਸਤੇ ਬੈਸਟ ਬੈਂਕ ਕਿਹੜਾ ਇੱਕ ਮੇਰੀ ਚੁਆਇਸ ਇਹ ਹੋਏਗੀ ਸੈਕਿੰਡ ਮੇਰੀ ਚੁਆਇਸ ਇਹ ਹੋਏਗੀ ਕਿ ਮੇਰੇ ਕਲਾਇੰਟ ਨੂੰ ਘੱਟ ਇੰਟਰਸਟ ਰੇਟ ਤੇ ਮੌਰਗੇਜ ਕਿਹਦੇ ਕੋਲੋਂ ਮਿਲ ਸਕਦੀ ਮੈਂ ਇੱਕ ਪਰਟੀਕੁਲਰ ਬੈਂਕ ਦਾ ਏਜੰਟ ਨਹੀਂ ਹੈ ਠੀਕ ਹੈ ਜੀ ਔਰ ਇਸੇ ਤਰ੍ਹਾਂ ਸਾਰੇ ਮੌਰਗੇਜ ਬ੍ਰੋਕਰ ਸਾਰੇ ਨੋਟ ਓਨਲੀ ਮੀ ਸਾਰੇ ਮੌਰਗੇਜ ਬ੍ਰੋਕਰ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਇਹ ਆਪਸ਼ਨਸ ਹੈ ਕਿ ਉਹ ਡਿਫਰੈਂਟ ਬੈਂਕ ਤੋਂ ਜਾ ਕੇ ਮੌਰਗੇਜ ਆਪਣੇ ਕਲਾਇੰਟ ਵਾਸਤੇ ਲੈਣ ਲਈ ਐਪਲੀਕੇਸ਼ਨ ਦੇ ਸਕਦੇ ਔਰ ਸੈਕੰਡਲੀ ਉਹ ਬੈਸਟ ਰੇਟ ਜਿਹੜਾ ਉਹਨਾਂ ਕੋਲ ਅਵੇਲੇਬਲ ਹੈ ਇੱਕ ਮੈਂ ਗੱਲ ਇਹ ਹੋਰ ਐਡ ਕਰਨੀ ਚਾਹੁੰਦਾ ਜੇ ਫਾਰ ਐਗਜ਼ਾਮਪਲ ਤੁਸੀਂ ਕਿਸੇ ਏ ਬੈਂਕ ਕੋਲ ਗਏ ਇੱਕ ਲੇ ਮੈਨ ਕਲਾਇੰਟ ਸਾਡਾ ਜਿਹੜਾ ਉਹ ਏ ਬੈਂਕ ਕੋਲ ਗਿਆ ਮੈਂ ਪਰਟੀਕੁਲਰ ਬੈਂਕ ਦਾ ਨਾਂ ਨਹੀਂ ਕਿਸੇ ਦਾ ਲੈਂਦਾ ਇਸੇ ਕਰਕੇ ਏ ਬੈਂਕ ਕੋਲ ਗਿਆ ਏ ਬੈਂਕ ਨੇ ਕਹਿ ਤਾ ਕਿ ਠੀਕ ਹੈ ਜੀ ਅਸੀਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਦੇ ਹਾਂ ਦੇਖਦੇ ਹਾਂ ਉਸ ਤੋਂ ਬਾਅਦ ਦੂਸਰੇ ਦਿਨ ਕਹਿ ਦਿੰਦੇ ਆ ਕਿ ਸੌਰੀ ਤੁਹਾਡੀ ਮੌਰਗੇਜ ਨਹੀਂ ਹੋ ਸਕਦੀ ਉਹਨਾਂ ਨੇ ਤੁਹਾਡਾ ਕੀ ਕੀਤਾ ਇੱਕ ਇਨਕਮ ਦੇਖੀ ਇੱਕ ਲਾਇਬਿਲਟੀ ਦੇਖੀ ਉਸ ਤੋਂ ਬਾਅਦ ਤੁਹਾਡਾ ਕ੍ਰੈਡਿਟ ਚੈੱਕ ਕੀਤਾ ਕ੍ਰੈਡਿਟ ਚੈੱਕ ਕੀਤਾ ਕ੍ਰੈਡਿਟ 'ਚ ਕੋਈ ਪ੍ਰੋਬਲਮ ਸੀਗੀ ਉਹਨਾਂ ਨੇ ਕਹਿ ਤਾ ਕਿ ਇਸ ਕ੍ਰੈਡਿਟ ਨੂੰ ਅਸੀਂ ਮੌਰਗੇਜ ਨਹੀਂ ਦੇ ਸਕਦੇ ਠੀਕ ਹੈ ਜੀ ਨੈਚੁਰਲੀ ਤੁਸੀਂ ਫਿਰ ਮੌਰਗੇਜ ਤੇ ਲੈਣੀ ਹੈ ਤੁਸੀਂ ਦੂਸਰੇ ਬੈਂਕ ਕੋਲ ਜਾਂਦੇ ਹੋ ਬੀ ਬੈਂਕ ਕੋਲ ਜਾਂਦੇ ਹੋ ਬੀ ਬੈਂਕ ਕਹਿੰਦਾ ਕਿ ਠੀਕ ਹੈ ਜੀ ਅਸੀਂ ਪ੍ਰੋਸੈਸ ਸ਼ੁਰੂ ਕਰਕੇ ਵੇਖਦੇ ਹਾਂ ਉਹ ਬੀ ਬੈਂਕ ਵੀ ਨਾ ਕਰ ਦਿੰਦਾ ਫਿਰ ਤੁਸੀਂ ਕਿਸੇ ਕ੍ਰੈਡਿਟ ਯੂਨੀਅਨ ਕੋਲ ਜਾਂਦੇ ਹੋ ਸੀ ਕੋਲ ਜਾਂਦੇ ਹੋ ਸੀ ਵਾਲੇ ਵੀ ਕਹਿੰਦੇ ਨਹੀਂ ਜੀ ਜਿੰਨੀ ਵਾਰੀ ਤੁਹਾਡਾ ਕ੍ਰੈਡਿਟ ਚੈੱਕ ਹੋਏਗਾ ਉਹਦੇ 'ਚ ਕਈ ਵਾਰੀ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਜੀ ਡਿਫਰੈਂਟ ਬੈਂਕ ਬਾਰ ਬਾਰ ਤੁਹਾਡਾ ਕ੍ਰੈਡਿਟ ਚੈੱਕ ਕਰ ਰਿਹਾ ਠੀਕ ਹੈ ਜੀ ਔਰ ਉਸ ਤੋਂ ਸੈਕੰਡ ਜਿਹੜੀ ਗੱਲ ਹੈ ਜੇ ਤੁਸੀਂ ਟਾਈਮ ਵੀ ਜਿਹੜਾ ਵੇਸਟ ਹੁੰਦਾ ਟਾਈਮ ਵੇਸਟ ਹੁੰਦਾ ਤੁਸੀਂ ਮਾਰਕੀਟ ਬ੍ਰੋਕਰ ਕੋਲ ਜਾਂਦੇ ਹੋ ਤੇ ਇੱਕ ਤਾਂ ਪਹਿਲੀ ਗੱਲ ਜਿਹੜਾ ਤੁਸੀਂ ਹੁਣ ਕਹੀ ਹੈ ਟਾਈਮ ਵੇਸਟ ਨਹੀਂ ਹੁੰਦਾ ਸੈਕੰਡ ਉਹਨੇ ਇੱਕ ਵਾਰੀ ਹੀ ਕ੍ਰੈਡਿਟ ਚੈੱਕ ਕਰਨਾ ਬਾਰ ਬਾਰ ਨਹੀਂ ਕਰਨਾ ਔਰ ਉਹਦੇ ਵੱਲੋਂ ਚੈੱਕ ਕੀਤਾ ਕ੍ਰੈਡਿਟ ਜਿਹੜਾ ਹੈਗਾ ਉਹ ਸਾਰੇ ਬੈਂਕਾਂ ਨੂੰ ਹੀ ਅਸੈਪਟੇਬਲ ਹੈ ਹਾਂਜੀ ਮਤਲਬ ਬਹੁਤ ਸਾਰੇ ਤੁਹਾਨੂੰ ਲਾਭ ਹੋਣਗੇ ਜੇਕਰ ਤੁਸੀਂ ਮੌਰਗੇਜ ਬ੍ਰੋਕਰ ਤੋਂ ਮੌਰਗੇਜ ਕਰਾਉਂਦੇ ਹੋ ਤਾਂ ਤੁਹਾਨੂੰ ਬਾਰ ਬਾਰ ਜਿਹੜਾ ਬੈਂਕ ਕੋਲ ਜਾ ਕੇ ਖੱਜਲ ਖੁਆਰ ਹੋਣ ਦੀ ਜਿਹੜੀ ਜ਼ਰੂਰਤ ਨਹੀਂ ਪੈਗੀ ਤੇ ਮੇਰਾ ਅਗਲਾ ਸਵਾਲ ਇਹ ਕਿ ਹੁਣ ਜਿਹੜੇ ਨੇ ਮੌਰਗੇਜ ਦੇ ਉਹ ਰੇਟ ਜਿਹੜੇ ਨੇ ਕਾਫੀ ਘੱਟ ਹੋਏ ਨੇ ਤੇ ਰੇਟ ਘੱਟ ਹੋਣ ਕਰਕੇ ਸਾਡੇ ਦਰਸ਼ਕ ਤੇ ਸਰੋਤੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਫਿਕਸਡ ਮੌਰਗੇਜ ਕਰਾਉਣੀ ਚਾਹੀਦੀ ਹੈ ਜਾਂ ਫਿਰ ਵੇਰੀਏਬਲ ਇਹਦੇ ਬਾਰੇ ਸਾਡੇ ਦਰਸ਼ਕ ਤੇ ਸਰੋਤਿਆਂ ਨੂੰ ਵਿਸਤਾਰ ਨਾਲ ਜਾਣਕਾਰੀ ਦਿਓ ਬੜਾ ਕਰੰਟ ਕੁਐਸਚਨ ਹੈ ਹਾਂਜੀ ਅੱਜ ਕੱਲ ਮੌਰਗੇਜ ਰੇਟ ਬੜੇ ਘੱਟ ਹੈ ਬਿਨਾਂ ਸ਼ੱਕ ਸਾਰੇ ਬੈਂਕਾਂ ਨੇ ਆਪਣੇ ਰੇਟ ਘਟਾਏ ਹੋਏ ਔਰ ਇਹ ਰੇਟ ਘਟਾਉਣ ਦਾ ਕਾਰਨ ਕਿਹੜਾ ਹੈਗਾ ਬੈਂਕ ਆਫ ਕੈਨੇਡਾ ਜਿਹੜਾ ਸੈਂਟਰਲਾਈਜ਼ਡ ਬੈਂਕ ਹੈ ਗਵਰਨਮੈਂਟ ਦਾ ਬੈਂਕ ਹੈ ਉਹਨੇ ਆਪਣੇ ਰੇਟ ਘਟਾ ਦਿੱਤੇ ਠੀਕ ਹੈ ਜੀ ਉਹ ਇੰਨੇ ਕੁ ਘੱਟ ਹੋ ਗਏ ਕਿ ਇਸ ਤੋਂ ਅੱਗੇ ਤੇ ਫਿਰ ਜ਼ੀਰੋ ਹੈ ਇਸ ਵੇਲੇ 0.25 ਜਿਹੜਾ ਉਹ ਬੈਂਕ ਆਫ ਕੈਨੇਡਾ ਦਾ ਰੇਟ ਹੈਗਾ ਇਹ ਜਿਹੜੀ ਵੇਰੀਏਬਲ ਮੌਰਗੇਜ ਹੈ ਨਾ ਜੀ ਇਹ ਬੈਂਕ ਆਫ ਕੈਨੇਡਾ ਵੱਲੋਂ ਜਿਹੜੇ ਜਦੋਂ ਰੇਟ ਘਟਾਇਆ ਜਾਂਦਾ ਜਾਂ ਵਧਾਇਆ ਜਾਂਦਾ ਇਹ ਉਹਦੇ ਨਾਲ ਰਿਲੇਟਡ ਹੁੰਦੀ ਹੈ ਫਿਕਸ ਨਹੀਂ ਹੁੰਦੀ ਫਿਕਸ ਬੈਂਕ ਆਪ ਕਰਦੇ ਹੈ ਔਰ ਜਿਹੜਾ ਇਹ ਪ੍ਰਾਈਮ ਰੇਟ ਫਿਕਸ ਹੁੰਦਾ ਬੈਂਕਾਂ ਵੱਲੋਂ ਪ੍ਰਾਈਮ ਰੇਟ ਦੇ ਨਾਲ ਰਿਲੇਟਡ ਹੈਗੀ ਹੈ ਵੇਰੀਏਬਲ ਮੌਰਗੇਜ ਫਿਕਸ ਰੇਟ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਅੱਜ ਕੱਲ ਵੇਰੀਏਬਲ ਰੇਟ ਲੈਣਾ ਬੈਸਟ ਹੈ ਅੱਜ ਕੱਲ ਆਲਵੇਜ ਨਹੀਂ ਆਲਵੇਜ ਸਿਚੁਏਸ਼ਨ ਚੇਂਜ ਹੋ ਸਕਦੀ ਹੈ ਅੱਜ ਤੋਂ 6 ਮਹੀਨੇ ਬਾਅਦ ਸੇਲ ਚੇਂਜ ਹੋ ਸਕਦੀ ਜਾਂ 6 ਮਹੀਨੇ ਪਹਿਲਾਂ ਕੋਈ ਸਿਚੁਏਸ਼ਨ ਡਿਫਰੈਂਟ ਸੀਗੀ ਅੱਜ ਦੀ ਤਰੀਕ ਦੇ ਵਿੱਚ ਜੇ ਕੋਈ ਮੌਰਗੇਜ ਲੈਣ ਲਈ ਮੈਨੂੰ ਅਪਰੋਚ ਕਰੇ ਤੇ ਮੈਂ ਉਹਨੂੰ ਸੁਜੈਸਟ ਕਰਾਂਗਾ ਕਿ ਬੈਸਟ ਰੇਟ ਇਸ ਵੇਲੇ ਵੇਰੀਏਬਲ ਹੈ ਜਿਹੜਾ 0.25 ਮੈਂ ਬੈਂਕ ਆਫ ਕੈਨੇਡਾ ਦਾ ਰੇਟ ਦੱਸਿਆ ਉਹ ਕਿਸੇ ਜ਼ਮਾਨੇ ਕੀ ਅਜੇ 2 ਮਹੀਨੇ ਪਹਿਲਾਂ 1.75 ਸੀ ਘੱਟ ਕੇ ਤੇ ਉਹ ਸਿਰਫ 0.25 ਰਹਿ ਗਿਆ ਇਸ ਤੋਂ ਥੱਲੇ ਜ਼ੀਰੋ ਹੈ ਅਮਰੀਕਾ ਵਿੱਚ ਗੁਆਂਢੀ ਦੇਸ਼ ਉੱਥੇ ਜ਼ੀਰੋ ਰੇਟ ਹੈ ਜਿਹੜਾ ਉਹਨਾਂ ਦਾ ਬੈਂਕ ਸੈਂਟਰਲਾਈਜ਼ਡ ਬੈਂਕ ਹੈਗਾ ਉਹਦਾ ਰੇਟ ਆਫ ਇੰਟਰਸਟ ਜ਼ੀਰੋ ਹੈ
बैंक ऑफ कैनेडा का 0.25 है यानी क्वार्टर परसेंट है जेड़ा 1.75 से का ठीक है जी हुण ए रेट 0.25 तो 1.75 तक पहुंचन लग्या कई साल लग जाने जो कई साल लग जाने इहदा मतलब है कि तुहाडी वेरिएबल रेट जेड़ा ਉਹ ਅੱਜ ਜੇ ਤੁਹਾਨੂੰ ਵਧੀਆ ਮਿਲ ਰਿਹਾ ਤੇ ਉਹ ਐਡੀ ਛੇਤੀ ਵਧਣ ਨਹੀਂ ਲੱਗਾ ਹਾਲਾਂਕਿ ਵੇਰੀਏਬਲ ਦਾ ਮਤਲਬ ਹੈ ਮਾਰਕੀਟ ਵਿੱਚ ਰੇਟ ਬੈਂਕ ਆਫ ਕੈਨੇਡਾ ਦਾ ਰੇਟ ਘੱਟ ਹੈ ਤੇ ਵੇਰੀਏਬਲ ਇੰਟਰਸਟ ਘੱਟ ਹੋਏਗਾ ਜੇ ਬੈਂਕ ਆਫ ਕੈਨੇਡਾ ਦਾ ਰੇਟ ਵੱਧ ਪ੍ਰਾਈਮ ਰੇਟ ਵੱਧ ਹੋ ਗਿਆ ਤੇ ਰੇਟ ਆਫ ਇੰਟਰਸਟ ਵੱਧ ਜਾਏਗਾ ਪਰ ਹੁਣ ਕਿਉਂਕਿ ਰੇਟ ਬਹੁਤ ਘੱਟ ਹੈਗਾ ਇਹਦਾ 1.7 ਤੱਕ ਪਹੁੰਚਣ ਲਈ ਪਤਾ ਨਹੀਂ ਕਿੰਨੇ ਸਾਲ ਲੱਗਣੇ ਸੋ ਬੈਸਟ ਜਿਹੜੀ ਆਪਸ਼ਨ ਜਿਹੜੀ ਇਸ ਵੇਲੇ ਅਵੇਲੇਬਲ ਹੈ परेशान करदा कदी घट जाओ कदी वध जाओ असीं फिक्स ते जाना चाहुंदे जदों मर्जी चल जाओ पर जे तुसीं एक वारी फिक्स चूज कर लिया उहनूं वेरीएबल ते नहीं लिया सकदे ਲਿਆਓਗੇ ਲਿਆਉਣਾ ਚਾਹੁੰਦੇ ਹੋ ਲਿਆ ਸਕਦੇ ਹੋ ਪਰ ਬਹੁਤ ਸਾਰੀ ਹਿਊਜ ਪੈਨਲਟੀ ਪੇ ਕਰਨੀ ਪੈਣੀ ਤੁਸੀਂ ਕੰਟਰੈਕਟ ਤੋੜ ਰਹੇ ਹੋ ਨਾ 5 ਸਾਲ ਦਾ ਕੰਟਰੈਕਟ ਹੈਗਾ ਜਾਂ 3 ਸਾਲ ਦਾ ਕੰਟਰੈਕਟ ਹੈਗਾ ਉਹਨੂੰ ਤੁਸੀਂ ਤੋੜ ਰਹੇ ਹੋ ਬੈਂਕ ਕਹਿੰਦਾ ਜੀ ਤੁਸੀਂ ਕੰਟਰੈਕਟ ਜਿਹੜਾ ਵਾ ਉਹ ਪ੍ਰੀ ਮੈਚੋਰਿਟੀ ਤੋੜ ਲਿਆ ਤੇ ਯੂ ਹੈਵ ਟੂ ਪੇ ਦੀ ਪੈਨਲਟੀ ਪਰ ਮੌਰਗੇਜ ਤੁਸੀਂ ਵੇਰੀਏਬਲ ਲਈ ਹੋਈ ਹੈ ਡਜ਼ਨਟ ਮੈਟਰ ਜਦੋਂ ਮਰਜ਼ੀ ਵਿਦਆਊਟ ਐਨੀ ਚਾਰਜਸ ਕਨਵਰਟ ਕਰ ਲਓ ਹਾਂਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਕਿਉਂਕਿ ਦਰਸ਼ਕ ਤੇ ਸਰੋਤਿਆਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨੂੰ ਫਿਕਸਡ ਮਾਰਗੇਜ ਕਰਵਾਉਣੀ ਚਾਹੀਦੀ ਜਾਂ ਵੇਰੀਏਬਲ ਤੇ ਤੁਹਾਡੇ ਦੁਆਰਾ ਉਹਨਾਂ ਨੂੰ ਪਤਾ ਚੱਲਿਆ ਕਿ ਵੇਰੀਏਬਲ ਮਾਰਗੇਜ ਕਰਵਾਉਣ ਵਿੱਚ ਉਹਨਾਂ ਨੂੰ ਜਿਹੜਾ ਇਸ ਅੱਜ ਅੱਜ ਬੈਸਟ ਹਾਂਜੀ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਬਹੁਤ ਬੈਨੀਫਿਟ ਹੋਏਗਾ ਬਹੁਤ ਬੈਨੀਫਿਟ ਤੇ ਮੇਰੇ ਇਹ ਸਵਾਲ ਹੈ ਕਿ ਅਸੀਂ ਮਾਰਗੇਜ ਰੇਟ ਇੰਟਰਸਟ ਲੋਕ ਕਰਵਾ ਸਕਦੇ ਹਾਂ ਹਾਂਜੀ ਲੋਕ ਤਾਂ ਕੋਈ ਰੇਟ ਹੋ ਸਕਦਾ ਜੀ ਚਾਹੇ ਵੇਰੀਏਬਲ ਹੈ ਤੇ ਚਾਹੇ ਫਿਕਸ ਹੈ ਉਹ ਲੋਕ ਦਾ ਮਤਲਬ ਜਿਹੜਾ ਤੁਹਾਡਾ ਕੁਐਸਚਨ ਅਸਲ ਵਿੱਚ ਕੀ ਹੈਗਾ ਕਿ ਘਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਅੱਜ ਤੋਂ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਠੀਕ ਹੈ ਜੀ ਪਲਾਨ ਤੁਸੀਂ ਹੁਣ ਕਰਨੀ ਸ਼ੁਰੂ ਕਰਤੇ ਤੁਸੀਂ ਸੋਚਦੇ ਹੋ ਕਿ ਸਾਨੂੰ ਪਤਾ ਲੱਗ ਜਾਵੇ ਕਿੰਨਾ ਰੇਟ ਆਫ ਇੰਟਰਸਟ ਲੱਗੇਗਾ ਜਿਹੜਾ ਰੇਟ ਆਫ ਇੰਟਰਸਟ ਤੁਹਾਨੂੰ ਅੱਜ ਕੋਈ ਇੰਸਟੀਟਿਊਸ਼ਨ ਬੈਂਕ ਆਫਰ ਕਰਦਾ ਉਹ 90 ਡੇਜ਼ ਤੋਂ ਲੈ ਕੇ 120 ਡੇਜ਼ ਤੱਕ ਲੋਕ ਹੋ ਸਕਦਾ ਜਿਹੜਾ ਰੇਟ ਅੱਜ ਹੈ ਉਹ ਤੁਹਾਨੂੰ 120 ਡੇਜ਼ ਤੱਕ ਵੀ ਉਹੀ ਰਹੇਗਾ ਇੱਕ ਮੈਂ ਐਡੀਸ਼ਨ ਹੋਰ ਕਰਨੀ ਚਾਹੁੰਦਾ ਇਹਦੇ ਚ ਫਾਰ ਐਗਜ਼ਾਮਪਲ ਅੱਜ ਕੋਈ ਰੇਟ ਤੇ ਕਿਸੇ ਨੇ ਮੌਰਗੇਜ ਲਈ ਅਪਰੂਵਲ ਲੈ ਲਈ ਹਾਂਜੀ ਇਨ ਦ ਫਿਊਚਰ ਜਾਂ ਵਿਦ ਇਨ 120 ਡੇਜ਼ ਮੌਰਗੇਜ ਰੇਟ ਘਟ ਗਏ ਆ ਤੇ ਉਹ ਫੈਮਿਲੀ ਐਲੀਜੀਬਲ ਹੈਗੀ ਆ ਘੱਟ ਰੇਟ ਲੈਣ ਵਾਸਤੇ ਜੇ ਵੱਧ ਜਾਣ ਹਾਂਜੀ ਤੇ ਵੱਧ ਪੇ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਉਹਨਾਂ ਨੇ ਕਮਿਟਮੈਂਟ ਦੇ ਦਿੱਤੀ ਹੈਗੀ ਕਿ ਅਸੀਂ ਤੁਹਾਡੀ ਮੌਰਗੇਜ ਇਸ ਰੇਟ ਤੇ ਦੇਵਾਂਗੇ ਸੋ ਜੇ ਫਾਰ ਐਗਜ਼ਾਮਪਲ 2.25 ਦੇ ਰੇਟ ਤੇ ਵੇਰੀਏਬਲ ਮੌਰਗੇਜ ਜਿਹੜੀ ਆ ਅੱਜ ਅਪਰੂਵ ਹੋ ਜਾਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇਟ ਵਧ ਜਾਏ ਤੇ ਵਧੇਗਾ ਨਹੀਂ ਜੇ ਘੱਟ ਜਾਏ ਤਾਂ ਘਟੇਗਾ ਯਾਨੀ ਲੋਕ ਕਰਾਉਣ ਦਾ ਮਤਲਬ ਇਹ ਹੁੰਦਾ ਤੁਸੀਂ ਪਹਿਲਾਂ ਲੋਕ ਕਰਾ ਸਕਦੇ ਹੋ ਤੇ ਜਿਹੜੇ ਨਿਊ ਇਮੀਗ੍ਰੈਂਟ ਨੇ ਪੀਆਰ ਬੇਸ ਤੇ ਕੈਨੇਡਾ ਮੂਵ ਹੁੰਦੇ ਨੇ ਉਹ ਵੀ ਮੋਰਗੇਜ ਸੰਬੰਧੀ ਜਾਣਨਾ ਚਾਹੁੰਦੇ ਨੇ ਕਿ ਉਹਦੇ ਲਈ ਕੀ ਪ੍ਰੋਸੈਸ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਵੇਂ ਕੈਨੇਡਾ ਦੇ ਵਿੱਚ ਆਏ ਹੁੰਦੇ ਆ ਤੇ ਉਹਦੇ ਸੰਬੰਧੀ ਸਾਡੇ ਦਰਸ਼ਕ ਤੇ ਸਰੋਤਿਆਂ ਦੇ ਬਹੁਤ ਸਾਰੇ ਸਵਾਲ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਕਿਵੇਂ ਮੋਰਗੇਜ ਕਰਵਾ ਸਕਦੇ ਨਵੇਂ ਆਏ ਲਈ ਜੀ ਨਿਊ ਟੂ ਕੈਨੇਡਾ ਗਵਰਨਮੈਂਟ ਦੀ ਸਕੀਮ ਹੈ ਨਿਊ ਟੂ ਕੈਨੇਡਾ ਦੇ ਵਿੱਚ ਪ੍ਰੋਸੀਜਰ ਉਹੀ ਹੈ ਕਿ ਤੁਹਾਡੀ ਇੰਪਲੋਇਮੈਂਟ ਹੋਣੀ ਚਾਹੀਦੀ ਆ ਲਾਇਬਿਲਟੀਜ਼ ਬਹੁਤੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਤੁਹਾਡਾ ਕ੍ਰੈਡਿਟ ਸਕੋਰ ਕ੍ਰੈਡਿਟ ਹਿਸਟਰੀ ਪਰ ਹੁਣ ਕਿਸੇ ਵਿਅਕਤੀ ਨੂੰ ਆਏ ਨੂੰ ਸਿਰਫ ਸਾਲ ਹੀ ਹੋਇਆ ਠੀਕ ਹੈ ਜੀ ਇੱਕ ਸਾਲ ਹੀ ਹੋਇਆ ਤੇ ਉਹਦੇ ਵਾਸਤੇ ਕੀ ਸ਼ਰਤਾਂ ਬੇਸਿਕ ਸ਼ਰਤ ਜਿਹੜੀ ਉਹ ਇਹ ਹੈ ਕਿ ਘੱਟੋ ਘੱਟ 3 ਮਹੀਨੇ ਦੀ ਪਰਮਾਨੈਂਟ ਫੁੱਲ ਟਾਈਮ ਜੋਬ ਚਾਹੀਦੀ ਹੁਣ ਨਵੇਂ ਜਦੋਂ ਆਉਂਦੇ ਆ ਕਈ ਵਾਰੀ ਫੁੱਲ ਟਾਈਮ ਜੋਬ ਨਹੀਂ ਮਿਲਦੀ ਸੋ ਟਰਾਈ ਕਰਨੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਫੁੱਲ ਟਾਈਮ ਜੋਬ ਮਿਲੇ ਹੁਣ ਉਸ ਤੋਂ ਬਾਅਦ ਆ ਜਾਂਦੀ ਗੱਲ ਕਿ ਕ੍ਰੈਡਿਟ ਲਾਇਬਿਲਟੀ ਤਾਂ ਹੋਣੀ ਨਹੀਂ ਚਾਹੀਦੀ ਆਉਂਦਾ ਬੰਦਾ ਸੋਚੇ ਕਿ ਮੈਂ ਏਅਰਪੋਰਟ ਤੋਂ ਉਤਰਦਾ ਸਾਰੀ ਪਹਿਲਾਂ ਆਡੀ ਲੈਣੀ ਹੈ ਫਿਰ ਤਾਂ ਫਸ ਗਿਆ ਫਿਰ ਉਹ ਤਾਂ ਉਹ ਸੁਪਨਾ ਹੀ ਨਹੀਂ ਲੈ ਸਕਦਾ ਆਡੀ ਦਾ ਸੁਪਨਾ ਤਾਂ ਪੂਰਾ ਹੋ ਗਿਆ ਘਰ ਦਾ ਸੁਪਨਾ ਪੂਰਾ ਨਹੀਂ ਹੋਣਾ ਠੀਕ ਹੈ ਜੀ ਹੁਣ ਇੰਪੋਰਟੈਂਟ ਗੱਲ ਰਹਿ ਗਈ ਉਸ ਤੋਂ ਬਾਅਦ ਕ੍ਰੈਡਿਟ ਹਿਸਟਰੀ ਦੀ ਜੇ ਕਿਸੇ ਦੀ ਕ੍ਰੈਡਿਟ ਹਿਸਟਰੀ ਜਿਹੜੀ ਹੈ ਆਉਂਦਿਆਂ ਸਾਰ ਉਹਨਾਂ ਨੇ ਕ੍ਰੈਡਿਟ ਕਾਰਡ ਲੈ ਲਿਆ ਤੇ ਉਹ ਨੈਚੁਰਲੀ ਹਿਸਟਰੀ ਜਿਹੜੀ ਉਹਨਾਂ ਦੀ ਬਿਲਡ ਹੋਣੀ ਸ਼ੁਰੂ ਹੋ ਗਈ ਸਾਡੀ ਕਮਿਊਨਿਟੀ ਚ ਕੀ ਪ੍ਰੋਬਲਮ ਆਉਂਦੀ ਸਾਡੀ ਕਮਿਊਨਿਟੀ ਚ ਆਉਂਦੀ ਕਿ ਸਾਨੂੰ ਕੋਈ ਵੀ ਫੈਮਿਲੀ ਵਾਲੇ ਜੇ ਉਹਨੂੰ ਸਪੋਂਸਰ ਕੀਤਾ ਹੁੰਦਾ ਰਿਸ਼ਤੇਦਾਰਾਂ ਨੇ ਦੋਸਤਾਂ ਮਿੱਤਰਾਂ ਨੇ ਫੈਮਿਲੀ ਵਿੱਚ ਸਪੋਂਸਰ ਕੀਤਾ ਹੁੰਦਾ ਥੋੜਾ ਚਿਰ ਮਹੀਨਾ 2 ਮਹੀਨੇ ਉਹ ਫੈਮਿਲੀ ਆਪਣੇ ਕੋਲ ਨਵੀਂ ਆਈ ਫੈਮਿਲੀ ਨੂੰ ਰੱਖ ਵੀ ਦਿੰਦੀ ਸਪੋਰਟ ਤੌਰ ਤੇ ਆਪ ਤੋਂ ਰੱਖ ਲੈਂਦੇ ਉਹ ਜਾਂ ਉਸ ਤੋਂ ਬਾਅਦ ਅਸੀਂ ਸੋਚਦੇ ਹਾਂ
ਕਿ ਅਪਾਰਟਮੈਂਟ ਤਾਂ ਬੜਾ ਮਹਿੰਗਾ, ਕਿਸੇ ਦੀ ਬੇਸਮੈਂਟ ਵਿੱਚ ਗੁਜ਼ਾਰਾ ਕਰ ਲਓ, ਚਲੋ ਸਾਲ 6 ਮਹੀਨੇ ਰਵਾਂਗੇ ਫਿਰ ਸੋਚਾਂਗੇ ਘਰ ਲੈ ਲਾਂਗੇ। ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਇੱਕ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਇੱਕ ਜਿਹੜਾ ਰੈਂਟ ਕੰਟਰੈਕਟਰ ਬਣਨਾ, ਰੈਂਟ ਲੀਜ਼ ਬਣੇ। ਜੇ ਤੁਸੀਂ ਅਪਾਰਟਮੈਂਟ ਵਿੱਚ ਰਹਿੰਦੇ ਹੋ ਕਿ ਉਂਝ ਘਰ ਤੁਸੀਂ ਪੂਰੇ ਦਾ ਪੂਰਾ ਰੈਂਟ ਤੇ ਲੈ ਲਿਆ ਹੈਗਾ ਤੇ ਉਹ ਅਪਾਰਟਮੈਂਟ ਉਹ ਜਿਹੜੀ ਲੀਜ਼ ਤਾਂ ਬਣ ਜਾਏਗੀ, ਰੈਂਟ ਲੀਜ਼ ਤਾਂ ਬਣ ਜਾਏਗੀ। ਪਰ ਤੁਸੀਂ ਹੁਣ ਕਿਸੇ ਨਾਲ ਉਂਝ ਹੀ ਘਰ ਜਿਹੜਾ ਸ਼ੇਅਰ ਕਰ ਰਹੇ ਹੋ, ਉਹ ਫੈਮਿਲੀ ਉੱਪਰ ਰਹਿ ਰਹੀ ਹੈ, ਤੁਸੀਂ ਬੇਸਮੈਂਟ 'ਚ ਰਹਿ ਰਹੇ ਹੋ ਸਕਦਾ ਉਹ ਰੈਂਟ ਲੀਜ਼ ਜਿਹੜੀ ਆ ਉਹ ਨਾ ਬਣਾਵੇ, ਉਹ ਕਵੇ ਜੀ ਮੈਂ ਤਾਂ ਰੈਂਟ ਸ਼ੋਅ ਹੀ ਨਹੀਂ ਕਰਨਾ। ਹਾਲਾਂਕਿ ਇੱਕ ਡਿਫਰੈਂਟ ਇਹ ਇਸ਼ੂ ਹੈ ਕਿ ਮੈਂ ਕਦੇ ਫਿਰ ਨੈਕਸਟ ਪ੍ਰੋਗਰਾਮ ਵਿੱਚ ਦੱਸੂਗਾ ਕਿ ਰੈਂਟ ਸ਼ੋਅ ਕਰਨ ਦੇ ਕੀ ਫਾਇਦੇ ਜਾਂ ਨਾ ਸ਼ੋਅ ਕਰਨ ਦੇ ਕੀ ਨੁਕਸਾਨ। ਠੀਕ ਹੈ ਜੀ, ਉਹ ਵੀ ਮੈਂ ਦੱਸੂਗਾ ਕਿਸੇ ਫਿਰ, ਪਰ ਮੈਂ ਇਹ ਸੁਜੈਸਟ ਜ਼ਰੂਰ ਕਰੂੰਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਰੈਂਟ ਲੀਜ਼ ਨਹੀਂ ਵੀ ਬਣੀ ਹੋਈ ਤੇ ਤੁਹਾਡੇ ਕੋਲ ਇਹੋ ਜਿਹਾ ਰੈਕਡ ਜ਼ਰੂਰ ਬਣਾਓ ਕਿ ਤੁਸੀਂ ਰੈਂਟ ਪੇ ਕਰਦੇ। ਹੁਣ ਫਾਰ ਐਗਜ਼ਾਮਪਲ ਜਿਹੜਾ ਓਨਰ ਹੈ, ਲੈਂਡਲੋਰਡ ਹੈ, ਜਿਹੜੀ ਬੇਸਮੈਂਟ 'ਚ ਅਸੀਂ ਰਹਿ ਰਹੇ ਹਾਂ, ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਮੈਂ ਕੋਈ ਚੈੱਕ ਨਹੀਂ ਲੈਣਾ, ਮੈਂ ਈ ਟ੍ਰਾਂਸਫਰ ਵੀ ਨਹੀਂ ਕਰਨੀ, ਮੈਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਵੀ ਨਹੀਂ ਕਰਨੀ, ਮੈਨੂੰ ਤਾਂ ਕੈਸ਼ ਦਿਓ। ਹੁਣ ਉਹ ਕਹਿੰਦਾ ਜੀ ਅਸੀਂ $700 ਹਰ ਮਹੀਨੇ, $750 ਜਾਂ $700 ਵਟ ਐਵਰ ਅਸੀਂ ਫਿਕਸ ਕੀਤੇ ਕਿ ਅਸੀਂ ਉਹਨਾਂ ਨੂੰ ਪੇ ਕਰਾਂਗੇ। ਠੀਕ ਹੈ ਜੀ, ਉਹ ਕਹਿੰਦਾ ਮੈਂ ਤਾਂ ਕੈਸ਼ ਹੀ ਲੈਣਾ ਜੀ। ਠੀਕ ਹੈ ਜੀ, ਹੁਣ ਉਹਦੇ ਲਈ ਕੀ ਹੈਗਾ, ਤੁਸੀਂ $700 ਜਾਂ $750 ਜੋ ਵੀ ਤੁਸੀਂ ਫਿਕਸ ਕੀਤਾ, ਉਨੇ ਦੇ ਉਨੇ ਪੈਸੇ ਇੱਕ ਪਰਟੀਕੁਲਰ ਡੇ ਨੂੰ, ਫਾਰ ਐਗਜ਼ਾਮਪਲ ਉਹ ਕਹਿੰਦੇ ਜੀ ਪਹਿਲੀ ਤਰੀਕ ਨੂੰ ਮੈਨੂੰ ਰੈਂਟ ਦਿਓ, ਤੁਸੀਂ ਪਹਿਲੀ ਤਰੀਕ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਉਨੇ ਹੀ ਪੈਸੇ ਬੈਂਕ ਚੋਂ ਵਿਦਡਰਾ ਕਰੋ ਕੈਸ਼ ਤੇ ਉਹਨੂੰ ਦੇ ਦੇ। ਹਾਂ, ਹੁਣ ਤੁਸੀਂ ਦੇਖੋ ਦੇਣਾ ਸੀ ਰੈਂਟ 700, ਤੁਸੀਂ ਉੱਥੋਂ 800 ਕਢਵਾ ਲਿਆ, ਤੁਸੀਂ ਕਹਿ ਤਾ ਜੀ ਮੈਨੂੰ 800 ਦੀ ਲੋੜ ਸੀ, $100 ਜਿਹੜਾ ਮੈਨੂੰ ਹੋਰ ਕੰਮ ਲਈ ਚਾਹੀਦਾ ਸੀ 700 ਮੈਨੂੰ ਦੇ ਦਿੱਤਾ। ਨੈਕਸਟ ਟਾਈਮ ਤੁਸੀਂ 600 ਕਢਵਾਇਆ, ਤੁਸੀਂ ਕਹਿੰਦੇ ਨਹੀਂ 100 ਮੇਰੇ ਕੋਲ ਜੇਬ ਵਿੱਚ ਸੀ ਮੈਂ ਉਹ ਪਾ ਕੇ 700 ਦੇ ਦਿੱਤਾ, ਨੋ, ਉਹ ਇੱਕ ਪਰਟੀਕੁਲਰ ਫਿਗਰ ਜਿਹੜੀ ਤੁਸੀਂ ਉਹਦੇ ਨਾਲ ਤੈਅ ਕਰ ਲਈ ਰੈਂਟ ਦੀ, ਉਨੇ ਹੀ ਕਢਵਾਉਣੇ, ਤਾਂ ਤੁਸੀਂ ਇੱਕ ਸਾਬਤ ਕਰ ਸਕੋ ਕਿ ਬੈਂਕ ਨੂੰ ਦੇਖੋ ਜੀ ਮੈਂ ਰੈਂਟ ਕੈਸ਼ ਪੇ ਕਰਦਾ। ਠੀਕ ਹੈ ਜੀ, ਬੇਸ਼ੱਕ ਲੀਜ਼ ਨਹੀਂ ਬਣੀ ਹੋਈ, ਬੇਸ਼ੱਕ ਇੱਦਾਂ ਦਾ ਕੋਈ ਐਗਰੀਮੈਂਟ ਹੈ ਨਹੀਂ, ਪਰ ਇਹ ਦੇਖੋ ਮੇਰੇ ਕੋਲ ਪ੍ਰੂਫ ਹੈ ਕਿ ਮੈਂ ਇੰਨੇ ਪੈਸੇ ਰੈਂਟ ਵਾਸਤੇ ਪੇ ਕਰਦਾ ਸੀਗਾ। ਨਵੇਂ ਆਇਆਂ ਵਾਸਤੇ ਇਹ ਜ਼ਰੂਰੀ ਹੈ, ਨਵੇਂ ਆਇਆਂ ਵਾਸਤੇ ਸਭ ਤੋਂ ਵੱਡੀ ਗੱਲ ਆ ਕਿ ਇੱਕ ਸਾਲ ਦੀ ਤੁਸੀਂ ਲੀਜ਼ ਐਗਰੀਮੈਂਟ ਜਿਹੜਾ ਵਾ ਉਹ ਦਿਖਾਉਣਾ ਜ਼ਰੂਰੀ ਹੈ। ਉਹਦੇ ਨਾਲ ਜੇ ਤੁਹਾਡੀ ਕ੍ਰੈਡਿਟ ਹਿਸਟਰੀ ਸਟਰੋਂਗ ਨਹੀਂ ਅਜੇ ਬਣ ਸਕੀ ਤੇ ਉਹ ਸਟਰੋਂਗ ਕਿਵੇਂ ਬਣੇਗੀ ਇਹ ਵੀ ਵੱਖਰਾ ਇਸ਼ੂ ਹੈ, ਮੈਂ ਫੇਰ ਕਿਤੇ ਡਿਸਕਸ ਕਰੂੰਗਾ। ਜੇ ਸਟਰੋਂਗ ਨਹੀਂ ਬਣ ਸਕੀ ਤੇ ਘੱਟੋ ਘੱਟ ਤੁਸੀਂ ਦੋ ਆਲਟਰਨੇਟਿਵ ਟ੍ਰੇਡ ਲਾਈਨਸ ਜਿਹੜੀਆਂ, ਟ੍ਰੇਡ ਲਾਈਨਸ ਦਾ ਮਤਲਬ ਤੁਸੀਂ ਦੱਸਣਾ ਵਾ ਕਿ ਅਸੀਂ ਗੁੱਡ ਪੇਅਰ ਹੈਗੇ। ਗੁੱਡ ਪੇਅਰ ਕਿੱਦਾਂ ਹੁੰਦੇ ਜੀ, ਤੁਸੀਂ ਫੋਨ ਸੈੱਲ ਫੋਨ ਦਾ ਬਿੱਲ ਹੈ ਉਹ ਰੈਗੂਲਰ ਡਿਊ ਡੇਟ ਤੋਂ ਪਹਿਲਾਂ ਪੇ ਕਰ ਦਿੰਦੇ। ਠੀਕ ਹੈ ਜੀ, ਕੋਈ ਯੂਟੀਲਿਟੀ ਬਿੱਲ ਹੈ ਤੁਸੀਂ ਉਹਨੂੰ ਇਨ ਟਾਈਮ ਪੇ ਕਰਦੇ ਹੋ, ਔਨ ਟਾਈਮ ਪੇ ਕਰਦੇ ਹੋ, ਜਾਂ ਕੋਈ ਇੰਸ਼ੋਰੈਂਸ ਤੁਸੀਂ ਪੇ ਕਰਦੇ ਹੋ, ਕਾਰ ਇੰਸ਼ੋਰੈਂਸ ਪੇ ਕਰਦੇ ਹੋ, ਹੋਰ ਨਹੀਂ ਚਿਹਰੇ ਸਿਰੇ ਕੋਈ ਬੈਂਕ ਦੇ ਵਿੱਚ ਇਹੋ ਜਿਹਾ ਅਕਾਊਂਟ ਖੋਲ ਲਵੋ ਜਿੱਥੇ ਤੁਸੀਂ ਭਾਵੇਂ $5 ਹਰ ਮਹੀਨੇ ਜਮ੍ਹਾਂ ਕਰਾਉਂਦੇ ਹੋ। ਹਾਂਜੀ, ਇਹਦੇ ਨਾਲ ਕੀ ਹੋਏਗਾ ਕਿ ਉਹਨਾਂ ਨਾਲ ਕ੍ਰੈਡਿਟ ਸਕੋਰ ਹੈ ਜਿਹੜਾ ਉਹ ਵਧੀਆ ਹੋ ਜਾਏਗਾ। ਨਹੀਂ, ਸਕੋਰ ਨੂੰ ਨਹੀਂ ਫਰਕ ਪੈਣਾ ਕੋਈ, ਹਿਸਟਰੀ ਨੂੰ ਫਰਕ ਪੈਣਾ। ਹਾਂਜੀ, ਤੁਹਾਡੀ ਹਿਸਟਰੀ ਨੂੰ ਫਰਕ ਪਏਗਾ ਤੇ ਤੁਸੀਂ ਤੁਹਾਡੀ ਰੂਟੀਨ ਕਿੰਨੀ ਵਧੀਆ। ਹੁਣ ਦੇਖੋ ਜਦੋਂ ਬੈਕ ਹੋਮ ਦੀ ਗੱਲ ਕਰੀਏ, ਉੱਥੇ ਜਿਹੜਾ ਬੰਦਾ ਉਧਾਰ ਲੈ ਕੇ ਖਾਂਦਾ ਨਾ ਜੀ, ਉਹਨੂੰ ਕਹਿੰਦੇ ਮਾੜਾ ਗਿਣਿਆ ਜਾਂਦਾ, ਇੱਥੇ ਜਿਹੜਾ ਉਧਾਰ ਲੈ ਕੇ ਖਾਂਦਾ ਉਹਨੂੰ ਚੰਗਾ ਗਿਣਿਆ ਜਾਂਦਾ। ਸੋ ਉਧਾਰ ਲਵੋ, ਹਰ ਸਟੋਰ ਚੋਂ ਤੁਹਾਨੂੰ ਉਧਾਰ ਅਵੇਲੇਬਲ ਆ, ਗਰੋਸਰੀ ਲੈਣੀ ਆ ਜਾਂ ਹੋਰ ਵੀ ਤੁਸੀਂ ਕੋਈ ਵੀ ਕੰਮ ਕਰਨਾ, ਕੋਈ ਫਰਨੀਚਰ ਲੈਣਾ, ਕੱਪੜੇ ਲੈਣੇ, ਜੋ ਮਰਜ਼ੀ ਬੱਚਿਆਂ ਨੇ ਟੋਇਜ਼ ਲੈਣੇ, ਪੀਜ਼ਾ ਲੈਣਾ, ਕਿਸੇ ਸਟੋਰ 'ਚ ਬੈਠ ਕੇ ਤੁਸੀਂ ਰੈਸਟੋਰੈਂਟ 'ਤੇ ਬੈਠ ਕੇ ਖਾਣਾ, ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰੋ। ਜਿੰਨੀ ਪੇਮੈਂਟ ਕ੍ਰੈਡਿਟ ਕਾਰਡ ਕਰੋ। ਕੋਈ ਲੋਕ ਸਾਡੇ ਪ੍ਰੋਫੈਸ਼ਨ ਵਿੱਚ ਮੈਂ ਦੱਸਦਾ ਜੀ ਇੱਦਾਂ ਦੇ ਹੈਗੇ ਆ ਜਿਹੜੇ ਕਹਿੰਦੇ ਸਾਨੂੰ ਇਨਕਮ ਕੈਸ਼ ਹੁੰਦੀ ਆ, ਅਸੀਂ ਖਰਚੇ ਵੀ ਕੈਸ਼ ਕਰਦੇ। ਇਹ ਤੁਹਾਡੀ ਫੇਵਰ ਨਹੀਂ ਕਰਦੀ। ਤੁਸੀਂ ਕੈਸ਼ ਜਮ੍ਹਾਂ, ਤੁਹਾਨੂੰ ਇਨਕਮ ਕੈਸ਼ ਹੈਗੀ ਉਹਨੂੰ ਜਮ੍ਹਾਂ ਕਰਾ ਦਿਓ ਬੈਂਕ 'ਚ, ਉਹਦੀ ਪੇਮੈਂਟ ਜਿਹੜੀ ਤੁਸੀਂ ਜਾਪਦੇ ਖਰਚੇ ਨਹੀਂ ਹੈਗੀ ਆ ਉਹ ਥਰੂ ਬੈਂਕ ਕਰੋ ਜਾਂ ਥਰੂ ਕ੍ਰੈਡਿਟ ਕਾਰਡ ਕਰੋ ਤਾਂ ਕਿ ਤੁਹਾਡੀ ਹਿਸਟਰੀ ਸਟਰੋਂਗ ਬਣ। ਠੀਕ ਹੈ ਜੀ, ਬਹੁਤ ਸਾਰੇ ਪ੍ਰੋਫੈਸ਼ਨ ਇੱਦਾਂ ਦੇ ਹੈਗੇ ਆ, ਬੜੇ ਕਲਾਇੰਟ ਸਾਡੇ ਕੋਲ ਇੱਦਾਂ ਦੇ ਆਉਂਦੇ, ਉਹ ਕਹਿੰਦੇ ਜੀ ਇਨਕਮ ਹੀ ਸਾਨੂੰ ਕੈਸ਼ ਹੈ, ਅਸੀਂ ਜੇਬ 'ਚ ਹੀ ਰੱਖਦੇ ਹਾਂ, ਉੱਥੋਂ ਹੀ ਅਸੀਂ ਦੁੱਧ ਲੈ ਲਈਦਾ, ਉੱਥੋਂ ਅਸੀਂ ਬੱਚਿਆਂ ਨੇ ਟੋਏ ਲੈ ਲਈਦੇ, ਉੱਥੋਂ ਅਸੀਂ ਸ਼ੂਜ਼ ਲੈ ਲਈਦੇ, ਉੱਥੇ ਪੀਜ਼ਾ ਲੈ ਲਈਦੇ ਆ, ਉੱਥੇ ਕਿਤੇ ਘੁੰਮਣ ਫਿਰਨ ਜਾਣਾ ਹੋਵੇ, ਕੋਈ ਟਿਕਟ ਲੱਗਦੀ ਹੈਗੀ ਆ ਸ਼ੋਅ, ਕਿਸੇ ਸ਼ੋਅ ਦੀ ਅਸੀਂ ਇੱਦੀ ਕੈਸ਼ ਹੀ ਵਰਤ ਲੈਂਦੇ, ਉਹ ਉਹਨਾਂ ਦੀ ਗੱਲ ਫੇਵਰ 'ਚ ਨਹੀਂ ਜਾਂਦੀ। ਸੋ ਮੇਰੀ ਇਹ ਸੁਜੈਸ਼ਨ ਆ ਕਿ ਵਧੀਆ ਕ੍ਰੈਡਿਟ ਬਿਲਡ ਕਰਨ ਵਾਸਤੇ ਤੁਸੀਂ ਆਲਵੇਜ਼ ਕ੍ਰੈਡਿਟ ਕਾਰਡ ਯੂਜ਼ ਕਰੋ ਔਰ ਉਹਦੀ ਰੈਗੂਲਰ ਪੇਮੈਂਟ ਕਰੋ, ਇਹ ਬਹੁਤ ਜ਼ਰੂਰੀ ਹੈ।
ਤੇ ਮੇਰਾ ਅਗਲਾ ਸਵਾਲ ਹੈ ਕਿ ਘਰ ਖਰੀਦਣ ਲਈ ਕਿ ਲੋਕਾਂ ਨੂੰ ਜਾਂ ਦਰਸ਼ਕ ਜਿਹੜੇ ਨੇ ਸਾਡੇ ਜਾਣਨਾ ਚਾਹੁੰਦੇ ਨੇ ਕਿ ਘਰ ਖਰੀਦਣ ਲਈ ਮੋਰਗੇਜ ਉਹਨਾਂ ਨੂੰ ਬੈਂਕ ਤੋਂ ਲੈਣੀ ਚਾਹੀਦੀ ਜਾਂ ਫਿਰ ਮੋਰਗੇਜ ਬ੍ਰੋਕਰ ਨਾਲ ਕੰਟੈਕਟ ਕਰਨਾ ਚਾਹੀਦਾ ਹੈ। ਮੈਂ ਪਹਿਲਾਂ ਵੀ ਤੁਹਾਨੂੰ ਸ਼ਾਇਦ ਇਸ ਗੱਲ ਦਾ ਜਵਾਬ ਦੇ ਚੁੱਕਾ ਕਿ ਬੈਂਕ ਤੋਂ ਹੀ ਮੋਰਗੇਜ ਮਿਲਣੀ ਹੁੰਦੀ ਹੈ, ਪਰ ਥਰੂ ਬ੍ਰੋਕਰ ਲਈ ਜਾਵੇ ਤੇ ਈਜ਼ੀ ਹੈ। ਔਰ ਉਹਦੇ ਕੋਲ ਜਿਵੇਂ ਦੱਸਿਆ ਮੈਂ ਕਿ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਤੇ ਜਿਹਨਾਂ ਦੀ ਆਪਸ਼ਨਸ ਦੇ ਨਾਲ ਉਹ ਤੁਹਾਡੇ ਵਾਸਤੇ ਬੈਸਟ ਮੋਰਗੇਜ ਅਰੇਂਜ ਕਰ ਸਕਦੇ। ਹਾਂਜੀ, ਦਰਸ਼ਕ ਤੇ ਸਰੋਤਿਆਂ ਦੇ ਮੋਰਗੇਜ ਸੰਬੰਧੀ ਅੱਜ ਇਸ ਸਟੂਡੀਓ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕੀਤੀ ਉਹਦੇ ਜ਼ਰੀਏ ਜ਼ਰੂਰ ਹੈ ਕਿ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਉਹਨਾਂ ਨੂੰ ਮਿਲ ਗਏ ਹੋਣਗੇ। ਫਿਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਕਰਾਂਗੇ, ਤਦ ਤੱਕ ਮੈਨੂੰ ਜੋਤੀ ਸੋਤਨ ਦੋ ਇਜਾਜ਼ਤ। ਧੰਨਵਾਦ। ਥੈਂਕ ਯੂ।